बीते दिन नजदीकी पिंड मठोला विच गुरुद्वारा धन धन बाबा हजारा सिंह जी निक्के घूमना वाले विच चोरी होने का समाचार प्राप्त होया। जानकारी देंदे जसवीर सिंह, लवप्रीत सिंह, रणजीत सिंह, इकबाल सिंह, सरपंच डॉक्टर सुच्चा सिंह अते शमशेर सिंह ने दस्या कि चोरां वल्लों लगभग दोपहर नूं चोरी नूं अंजाम दिता गया, जिसका पता शाम नूं जदों ग्रंथी वल्लों शाम नूं गुरुद्वारा खोलिया अते अंदर गुरुद्वारा साहिब दा दरवाजा टुट्टिया होया सी अते अंदर गोलक भी भन्नी हुई सी, जिस तों सारे पिंड वाले इकट्ठे हो गए। उन्हां दस्या कि गोलक पिछले कई महीनों तों खोली नहीं सी। पिंड वालियां वल्लों थाना श्री हरगोबिंदपुर साहिब विच शिकायत दर्ज करवा दित्ती है। ASI बलकार सिंह, ASI हरपाल सिंह वल्लों गुरुद्वारा साहिब पहुँच के पिंड वालियां कोलों जानकारी एकत्र कीती। ਮਠੋਲਾ ਪੱਤੀ ਪਨੂਆ ਦਾ ਸਰਪੰਚ ਆ ਜੀ। ਸਾਡੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਪਰਸੋਂ 4 ਤਰੀਕ ਨੂੰ ਐਤਵਾਰ ਨੂੰ ਕੋਈ 12 ਵਜੇ ਤੋਂ ਲੈ ਕੇ 1 ਵਜੇ ਦੇ ਦਰਮਿਆਨ ਦੁਪਹਿਰੇ ਲਗਭਗ ਗੁਰਦੁਆਰਾ ਸਾਹਿਬ ਜਾ ਕੇ ਕਿਸੇ ਨੇ ਮਤਲਬ ਚੋਰੀ ਕੀਤੀ ਆ, ਗੋਲਕ ਤੋੜ ਲਈ। ਗੋਲਕ ਕੋਈ 6 ਮਹੀਨੇ ਦਾ ਮੇਰਾ ਖਿਆਲ 6-7 ਮਹੀਨੇ ਦਾ ਚੜਾਵਾ ਸੀਗਾ, ਉਹਦੇ ਵਿੱਚ 70-80 ਹਜ਼ਾਰ ਦੇ ਲਗਭਗ ਹੋ ਸਕਦਾ। ਇੱਕ ਪੱਖਾ ਸੀਗਾ ਸਾਡਾ ਕਿਸੇ ਨੇ ਚੜਾਇਆ ਨਵਾਂ ਹੀ, ਉਹ ਵੀ ਚੱਕ ਕੇ ਲੈ ਗਈ। ਜਦੋਂ ਗ੍ਰੰਥੀ ਸਿੰਘ ਆਏ ਰਹਿ ਰਾਸ ਕਰਨ ਵਾਸਤੇ ਤਕਾਲਾਂ ਨੂੰ ਸ਼ਾਮ ਨੂੰ, ਤਾਂ ਉਦੋਂ ਪਤਾ ਲੱਗਾ ਸਾਨੂੰ ਸਾਰਿਆਂ ਨੂੰ। ਫਿਰ ਅਸੀਂ ਪੁਲਿਸ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਵਿੱਚ ਰਿਪੋਰਟ ਦਰਜ ਕਰਾਤੀ ਆ। ਅੱਜ ਸ਼ਾਇਦ ਮੁਲਾਜ਼ਮ ਆਉਣਗੇ ਅਤੇ ਫਿਰ ਮੌਕਾ ਵੇਖ ਕੇ ਫਿਰ ਜਾਣਗੇ। ਨਹੀਂ, ਘਟਨਾ ਕਿਸ ਦਿਨ ਦੀ ਆ? 4 ਤਰੀਕ। ਇਹ 4 ਤਰੀਕ ਦੀ ਆ ਜੀ। ਅਤੇ ਮੁਲਾਜ਼ਮ ਉਸ ਤੋਂ ਬਾਅਦ ਆਏ ਨੇ? ਨਹੀਂ, 5 ਤਰੀਕ ਨੂੰ ਅਸੀਂ ਜਾ ਕੇ ਮਤਲਬ ਵੀ ਰਿਪੋਰਟ ਦਰਜ ਕਰਾਈ ਆ। ਕੱਲ ਸਾਨੂੰ ਆਉਣ ਵਾਸਤੇ ਉਹਨਾਂ ਨੇ ਕਿਹਾ ਸੀਗਾ, ਤੇ ਹੋ ਸਕਦਾ ਕੋਈ ਰੁਝੇਵਿਆਂ ਕਰਕੇ ਨਹੀਂ ਆ ਸਕੇ, ਅੱਜ ਆ ਰਹੇ ਆ ਜੀ। ਮੈਡਮ, ਇੱਕ ਮਠੋਲੇ ਤੋਂ ਗੁਰਦੁਆਰਾ ਸਾਹਿਬ ਦੀ ਚੋਰੀ ਹੋਈ ਹੈ ਸੰਬੰਧੀ ਤੁਹਾਨੂੰ ਸ਼ਿਕਾਇਤ ਮਿਲੀ ਹੈ? ਹਾਂਜੀ, ਸਾਡੇ ਕੋਲੋਂ ਆਈ ਹੈ ਹੁਣ ਲਿਖਤੀ ਕੰਪਲੇਂਟ, ਤੇ ਆਪਾਂ ਵੈਰੀਫਾਈ ਕਰ ਰਹੇ ਹਾਂ ਤੇ ਜੋ ਉਹਦੀ ਬਣਦੀ ਹੈਗੀ ਆ ਉਹ ਕਾਰਵਾਈ ਕੀਤੀ ਜਾਊਗੀ, ਸਾਰੀ ਨੋਟੀਫਾਈ ਕੀਤਾ ਜਾਊਗਾ ਸਾਡੇ ਕੋਲ ਆਈ ਹੈ। ਤੇ ਸ਼ਿਕਾਇਤ ਕਿਹਨਾਂ ਨੂੰ ਆਈ ਹੈ ਜੀ? ਗੁਰਦੁਆਰਾ ਸਾਹਿਬ ਵੱਲੋਂ ਆਈ ਹੈ ਜੀ ਸਾਨੂੰ। ਠੀਕ ਹੈ ਜੀ। ਅਤੇ ਇਹਦੇ ਸਰਪੰਚ ਉੱਥੇ ਪੁਲਿਸ ਵਗੈਰਾ ਭੇਜੀ ਸੀਗੀ? ਹਾਂਜੀ ਬਿਲਕੁਲ ਜੀ। ਠੀਕ ਹੈ ਜੀ।